السلام علیکم، ست سری اکال، نمستے۔ ایک درخواست کرنی سی اپنے سننے پنجابی دربار سبسکرائب کرو تاکہ میں جو بھی ویڈیو اپلوڈ کراں تہاڈے تک پہنچ جان تے بیل آئیکن پریس کرنا ہے۔ چلو جی چلنے ہاں۔ اج میں حاضر لے کے حاضر ہویا کالم پنجابی دی سیوا کرن دا، عہد کرو۔ اے دے لکھاری نے جناب سعید احمد صاحب۔ تے لو جی چلیے اپنے کالم وال۔ تسی پنجابی لئی کی کر سکدے ہو؟ جی ہاں، نرا افسوس ہی کر سکدا ہاں۔ نہیں پا جی، یہ جواب ٹھیک نہیں۔ اے دے وچ تاں نرا میوسی میوسی ہے۔ میوس ہون دی کی لوڑ ہے؟ ہمت کرو، سونا رب آپ مدد کر سی۔ بابا جی فرید رحمت اللہ علیہ دا کہنا ہے، کوک فریدہ کوک توں جوں راکھا جوار، جب لگ ٹانڈا نہ گرے تب لگ کوک پکار۔ بابا جی کہندے نے کہ انج کوک جویں جوار دے کھیت وچ اودا راکھا کوک دا ہے، جویں او اپنی فصل دی راکھی کردا ہے، انج ہی توں اپنے وجود تے روح دی حفاظت کر۔ بابا جی فرید گنج شکر گنج دے انہاں سچے خیالاں نوں ساڈے تک اپنان والی زبان پنجابی ہے، تے ساڈا سب دا فرض ہے کہ اسی اس پاک زبان دی راکھی اونج کریے جویں کوئی راکھا جوار دا اپنے کھیت دی راکھی کردا ہے۔ عام طور تے ایک اکھان ہے کہ اکلا بندہ کوئی شے نہیں ہوندا، پر حقیقی گل تاں اے کہ جے کر اکلا بندہ رب دا روپ بن بنجے تاں پھر او ہیٹھلی اتے تے اتلی ہیٹھ کر چھڑدا۔ جے تہانوں یقین نہ آوے تاں انسانی تاریخ وال جھاتی پاؤ تے ویکھو زندگی دا کیڑا خانہ ہے جتھے اکلے بندیاں نے انہونیاں نہیں کیتیاں۔ جے کر تسی چاہو تاں تسی پنجابی لئی بہت کچھ کر سکدے، بس تھوڑا جا ٹڈوں اینوں پیار کرن دی لوڑ ہے، ਇਹਦੇ ਲਈ ਵਕਤ ਕੱਢਣ ਦੀ ਲੋੜ ਹੈ। ਇਹਦੇ ਲਈ ਜੇ ਹੋ ਸਕੇ ਤਾਂ ਜੇਬ ਨੂੰ ਥੋੜ੍ਹਾ ਜਿਹਾ ਹਸਵੇਂ ਤਫੀਕ ਢਿੱਲਾ ਕਰਨ ਦੀ ਲੋੜ ਹੈ। ਚਲੋ ਜੇ ਤੁਸੀਂ ਜੇਬ ਨੂੰ ਢਿੱਲਾ ਨਹੀਂ ਕਰਨਾ ਚਾਹੁੰਦੇ, ਐਵੇਂ ਦਿਲ ਪਿਸ਼ੌਰੀ ਕਰਨਾ ਚਾਹੁੰਦੇ, ਉਹ ਤਾਂ ਕੋਈ ਗੱਲ ਨਹੀਂ। ਤੁਸੀਂ ਆਪਣੀ ਜੇਬ ਨੂੰ ਛੇੜੇ ਬਿਨਾਂ ਵੀ ਪੰਜਾਬੀ ਲਈ ਬਹੁਤ ਕੁਛ ਕਰ ਸਕਦੇ ਹੋ। ਬਿਨਾਂ ਕੁਝ ਵਾਧੂ ਖਰਚ ਕੀਤੇ ਤੁਸੀਂ ਪੰਜਾਬੀ ਲਈ ਬਹੁਤ ਕੁਛ ਕਰ ਸਕਦੇ ਹੋ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਪੰਜਾਬੀ ਬੋਲ ਸਕਦੇ ਹੋ। ਹਰ ਕਿਸੇ ਦੇ ਨਾਲ ਹਰ ਥਾਂ ਝਕਣ ਦੀ ਜਾਂ ਸ਼ਰਮਿੰਦਾ ਹੋਣ ਦੀ ਕੋਈ ਲੋੜ ਨਹੀਂ। ਵਕਤ ਨੇ ਪੰਜਾਬੀਆਂ ਨੂੰ ਉੱਥੇ ਅਪੜਾ ਦਿੱਤਾ ਹੈ ਕਿ ਪੰਜਾਬੀ ਬੋਲਣ ਲੱਗਿਆਂ ਇੰਜ ਮਹਿਸੂਸ ਕਰਦੇ ਨੇ ਜਿਵੇਂ ਇਹ ਕੋਈ ਸ਼ਰਮਿੰਦਗੀ ਵਾਲਾ ਕੰਮ ਕਰਨ ਲੱਗੇ ਨੇ। ਪੰਜਾਬੀਆਂ ਉੱਤੇ ਨਫਸਿਆਤੀ ਜੰਗ ਥੱਪਣ ਵਾਲਿਆਂ ਨੇ ਢੇਰ ਕਾਮਯਾਬੀ ਹਾਸਲ ਕੀਤੀ ਹੈ, ਜਿਹਦੇ ਪਰੋਂ ਗੱਲ ਉਲਟ ਹੋ ਗਈ ਹੈ। ਬੰਦਾ ਆਪਣੀ ਮਾਂ ਬੋਲੀ ਬੋਲਣ ਲੱਗਿਆਂ ਕਾਣਾ ਮਹਿਸੂਸ ਕਰਦਾ ਹੈ ਅਤੇ ਉਰਦੂ ਬੋਲਣ ਲੱਗਿਆਂ ਇੱਜ਼ਤਦਾਰ ਅਤੇ ਮਹਜ਼ਬ। ਹੱਕੀ ਗੱਲ ਇਹਦੇ ਬਿਲਕੁਲ ਉਲਟ ਹੈ। ਸੱਚ ਤਾਂ ਇਹ ਹੈ ਕਿ ਉਹ ਪੰਜਾਬੀ ਜੋ ਆਪੋ ਵਿੱਚ ਇੱਕ ਦੂਜੇ ਨਾਲ ਉਰਦੂ ਬੋਲਦੇ ਨੇ ਉਹ ਕਾਣੇ ਨੇ ਜੀ, ਕਾਣੇ ਆਪਣੀ ਮਾਂ ਬੋਲੀ ਦੇ ਅਤੇ ਆਪਣੀ ਧਰਤ ਦੇ। ਇੱਥੇ ਮੈਂ ਇੱਕ ਗੱਲ ਜ਼ਰੂਰ ਕਰਾਂਗਾ, ਪੰਜਾਬੀ ਬੋਲਣ ਲੱਗਿਆਂ ਤੁਹਾਡਾ ਵਿਹਾਰ ਪੰਜਾਬ ਦੇ ਅਣਖੀ ਗੈਰਤਮੰਦ ਸ਼ਰੀਫੂ ਨਫਜ਼ ਬੇਗਰਜ਼ੇ ਅਤੇ ਦਲੇਰ ਪੁੱਤਰ ਜਾਂ ਧੀ ਜਿਹਾ ਹੋਣਾ ਚਾਹੀਦਾ ਹੈ। ਦੁੱਲਾ ਭੱਟੀ, ਅਹਿਮਦ ਰਾਏ ਖਰਲ ਅਤੇ ਭਗਤ ਸਿੰਘ ਪੰਜਾਬ ਦੇ ਹੀਰੋ ਸਨ ਅਤੇ ਹਮੇਸ਼ ਰਹਿਣਗੇ। ਉਹ ਅਜਿਹੀਆਂ ਸਭ ਖੂਬੀਆਂ ਦੇ ਮਾਲਕ ਸਨ ਜੋ ਕਿਸੇ ਵੀ ਨੇਕ ਇਨਸਾਨ ਵਿੱਚ ਹੋਣੀਆਂ ਚਾਹੀਦੀਆਂ ਨੇ। ਉਹ ਆਪਣੇ ਮਕਸਦ ਨਾਲ ਸੱਚੇ ਸਨ, ਐਸੇ ਕਰਕੇ ਉਹਨਾਂ ਆਪਣੇ ਜਾਨ ਦੀ ਬਾਜ਼ੀ ਲਾਈ। ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਮਾਂ ਧਰਤ ਦੇ ਇਹਨਾਂ ਸ਼ਹੀਦਾਂ ਦੀ ਅਜ਼ਮਤ ਨੂੰ ਮੁੱਖ ਰੱਖਦਿਆਂ ਤੁਹਾਡਾ ਉੱਤੇ ਬਿਆਨ ਕੀਤੀਆਂ ਗਈਆਂ ਖੂਬੀਆਂ ਦਾ ਮਾਲਕ ਹੋਣਾ ਪੰਜਾਬੀ ਜ਼ਬਾਨ ਨੂੰ ਫਾਇਦਾ ਅਪਣਾਏਗਾ। ਜਿਸ ਵੇਲੇ ਪੜ੍ਹੇ ਲਿਖੇ ਅਫਸਰ, ਚੰਗੇ ਵਪਾਰੀ, ਸਮਝਦਾਰ ਅਤੇ ਨੇਕ ਬੰਦੇ ਪੰਜਾਬੀ ਵਿੱਚ ਗੱਲਬਾਤ ਕਰਨਗੇ ਤਾਂ ਮਹਾਤਰ ਸਾਥੀ ਜੋ ਐਵੇਂ ਹਰ ਬਾਹਰੋਂ ਆਉਣ ਵਾਲੇ ਤੋਂ ਮੁਤਾਸਰ ਹੋ ਜਾਂਦੇ ਨੇ ਉਹ ਵੀ ਇਸ ਨੇਕ ਰਵਾਇਤ ਦੀ ਰੀਸ ਕਰਨਗੇ ਅਤੇ ਪੰਜਾਬੀ ਬੋਲਣ ਵਿੱਚ ਮਾਣ ਕਰਨਗੇ। ਦੂਜੀ ਗੱਲ ਇਹ ਵੇਖ ਕੇ ਆਪਣੀ ਜ਼ਿੰਦਗੀ ਦੇ ਮਾਮਲਿਆਂ ਵਿੱਚ ਪੰਜਾਬੀ ਨੂੰ ਲਿਖਾਈ ਪੜ੍ਹਾਈ ਲਈ ਵਰਤਣ ਲੱਗਿਆਂ ਤੁਹਾਡਾ
ਕੁਝ ਵਾਧੂ ਖਰਚ ਨਹੀਂ ਹੋਣਾ। ਬਸ ਜੋ ਕੁਝ ਤੁਸੀਂ ਖਰਚੀ ਜਾ ਰਹੇ ਹੋ ਉਹਦੇ ਵਿੱਚ ਹੀ ਪੰਜਾਬੀ ਵਾਲਾ ਕੰਮ ਸਰ ਜਾਣਾ ਹੈ। ਮਸਲਨ ਤੁਹਾਡੇ ਜਾਂ ਤੁਹਾਡੇ ਭਾਈ ਜਾਂ ਕਿਸੇ ਰਿਸ਼ਤੇਦਾਰ ਦੀ ਦੁਕਾਨ ਹੈ, ਕਾਰੋਬਾਰ ਹੈ, ਟਰਾਂਸਪੋਰਟ ਹੈ, ਤੁਸੀਂ ਉਹਨਾਂ ਨੂੰ ਮਿੰਤਰਲਾ ਮਾਰੋ ਕਿ ਆਪਣੇ ਸਾਈਨ ਬੋਰਡ ਪੰਜਾਬੀ ਵਿੱਚ ਲਿਖਵਾਉਣ, ਆਪਣੀ ਕੈਸ਼ ਮੈਮੋ ਜਾਂ ਲੈਟਰ ਬੈਡ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਪਵਾਉਣ। ਜਿੱਥੇ ਬੰਦੇ ਅੰਗਰੇਜ਼ੀ ਪੜ੍ਹਨ ਦੇ ਸ਼ੌਕ ਨੇ ਉਹ ਨਾਲ ਨਾਲ ਪੰਜਾਬੀ ਵੀ ਪੜ੍ਹਨਗੇ। ਮੈਂ ਇਹ ਤਜਰਬਾ ਗੁਜ਼ਰੇ ਕਈ ਸਾਲਾਂ ਤੋਂ ਕਰ ਰਿਹਾ, ਜੇ ਇੰਜ ਹੌਲੀ ਹੌਲੀ ਅੱਜ ਨਹੀਂ ਤਾਂ ਕੱਲ੍ਹ ਸਾਰੇ ਪੰਜਾਬੀ ਲਿਖਣ ਪੜ੍ਹਨ ਲੱਗ ਪੈਣਗੇ। ਮੈਂ ਫਿਰ ਤੁਹਾਨੂੰ ਆਖ ਰਿਹਾ ਜੇ ਕਿ ਝੱਕਣ ਦੀ ਲੋੜ ਨਹੀਂ, ਮੈਂ ਇਹ ਸਾਰੇ ਤਜਰਬੇ ਕਰ ਰਿਹਾ ਜੇ ਅਤੇ ਇਹਦੇ ਨਾਲ ਕਾਰੋਬਾਰ ਵਿੱਚ ਕੋਈ ਫਰਕ ਨਹੀਂ ਪੈਂਦਾ। ਤੁਸੀਂ ਮਾਲ ਚੰਗਾ ਵੇਚੋ, ਇਮਾਨਦਾਰੀ ਨਾਲ ਕੰਮ ਕਰੋ ਅਤੇ ਨਾਲ ਪੰਜਾਬੀ ਬੋਲੋ, ਪੰਜਾਬੀ ਵਿੱਚ ਕੈਸ਼ ਮੈਮੋ ਕੱਟੋ, ਪੰਜਾਬੀ ਵਿੱਚ ਬਕਾਇਆ ਲਿਖੋ, ਤੁਹਾਨੂੰ ਕੋਈ ਕੁਛ ਨਹੀਂ ਆਖੇਗਾ। ਅਤੇ ਜੇ ਕੋਈ ਹੁਜਤ ਕਰੇ ਕੰਨ ਲਪੇਟ ਕੇ ਸੁਣ ਲਿਆ, ਜੇ ਲੜਾਈ ਕਰਨ ਦੀ ਲੋੜ ਨਹੀਂ, ਅੰਗਰੇਜ਼ੀ ਉਰਦੂ ਵਿੱਚ ਉਹਨੂੰ ਕੈਸ਼ ਮੈਮੋ ਬਣਾ ਦਿਓ, ਪਰ ਆਪਣੇ ਮਿਸ਼ਨ ਤੋਂ ਪਿੱਛੇ ਨਾ ਹਟੋ। ਪੰਜਾਬੀਆਂ ਦਾ ਅਖਲਾਕ, ਵਿਹਾਰ, ਵਪਾਰ ਬਾਕੀਆਂ ਨਾਲੋਂ ਬਿਹਤਰ ਹੋਣਾ ਚਾਹੀਦਾ ਹੈ, ਕਿਉਂ ਜੇ ਪੰਜਾਬ ਵਿੱਚ ਰੂਹਾਨੀਅਤ ਦਾ ਥਾਂ ਥਾਂ 'ਤੇ ਰਾਜ ਹੈ। ਰੂਹਾਨੀ ਬੰਦੇ ਸਭ ਦਾ ਭਲਾ ਚਾਹੁੰਦੇ ਨੇ, ਇਨਸਾਨ 'ਚੋਂ ਰੂਹਾਨੀਅਤ ਕੱਢ ਦਿਓ ਤਾਂ ਉਹ ਵੈਸ਼ੀ ਬਣ ਜਾਂਦਾ ਹੈ। ਅਸਾਂ ਜ਼ੁਬਾਨ ਵਿੱਚ ਬਾਬਾ ਫਰੀਦ ਤੋਂ ਖਵਾਜਾ ਗੁਲਾਮ ਫਰੀਦ ਤੱਕ ਪੰਜਾਬੀ ਸੂਫੀਆਂ ਸੂਫੀ ਬਾਬਿਆਂ ਦੀਆਂ ਉੱਚ ਪੱਧਰੀ ਤਲੀਮਾਤ ਦੀ ਪੁਕਾਰ ਸਦੀਆਂ ਤੋਂ ਪੰਜਾਬ ਵਿੱਚ ਗੱਜ ਵੱਜ ਰਹੀ ਹੈ, ਇਹਦੇ ਵੱਲ ਗੌਰ ਕਰਨ ਦੀ ਲੋੜ ਹੈ। ਇੱਕ ਹੋਰ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਇਹਨਾਂ ਸੂਫੀ ਬਾਬਿਆਂ 'ਚੋਂ ਕਈ ਬਾਬੇ ਬਾਹਰੋਂ ਆਏ ਪਰ ਉਹਨਾਂ ਨੇ ਲੁਕਾਈ ਦੀ ਜ਼ੁਬਾਨ ਨੂੰ ਆਦਰ ਦਿੱਤਾ, ਲੁਕਾਈ ਦੀ ਜ਼ੁਬਾਨ ਵਰਤੀ। ਅੱਜ ਵੀ ਬਾਬਾ ਫਰੀਦ ਜੀ ਦੇ ਅਸ਼ਲੋਕ ਪੂਰੇ ਖਿੱਤੇ ਵਿੱਚ ਬੜੇ ਇਤਰਾਮ ਨਾਲ ਪੜ੍ਹੇ ਅਤੇ ਗਾਏ ਜਾ ਰਹੇ ਨੇ। ਬਾਬਾ ਜੀ ਦੇ ਬਜ਼ੁਰਗ ਅਫਗਾਨਿਸਤਾਨ ਤੋਂ ਆਏ ਸਨ ਪਰ ਬਾਬਾ ਜੀ ਨੇ ਆਪਣੇ ਚੁਫੇਰੇ ਵਸਣ ਵਾਲੀ ਲੁਕਾਈ ਦੀ ਜ਼ੁਬਾਨ ਵਰਤੀ, ਉਹਨਾਂ ਨੂੰ ਫਾਰਸੀ ਅਤੇ ਅਰਬੀ ਵੀ ਆਉਂਦੀ ਸੀ। ਤੁਹਾਡੇ ਲਈ ਇਹ ਗੱਲ ਦਿਲਚਸਪੀ ਦਾ ਸਬੱਬ ਬਣੇਗੀ ਕਿ ਮੇਰੀ ਦੁਕਾਨ ਤੋਂ ਗੁਜ਼ਰੇ 5 ਸਾਲਾਂ ਵਿੱਚ ਬਾਬਾ ਜੀ ਫਰੀਦ ਦੀਆਂ ਅੰਗਰੇਜ਼ੀ ਤਰਜਮੇ ਵਾਲੀਆਂ 16,000 ਕਿਤਾਬਾਂ ਤੋਂ ਵੱਧ ਕਿਤਾਬਾਂ ਜਾ ਚੁੱਕੀਆਂ ਨੇ। ਬਾਕੀ ਸੂਫੀ ਬਾਬਿਆਂ ਦੀਆਂ ਕਿਤਾਬਾਂ ਕਿੰਨੇ ਹਜ਼ਾਰ ਗਈਆਂ ਨੇ ਉਹ ਮੈਂ ਨਹੀਂ ਲਿਖਦਾ। ਇਹਨਾਂ ਆਪਣੇ ਸੂਫੀ ਬਾਬਿਆਂ ਦੇ ਮੁਕਾਬਲੇ ਵਿੱਚ ਸਰਕਾਰੀ ਦਰਬਾਰੀ ਪੁਸ਼ ਨਾਲ ਦਿਨ ਰਾਤ ਪ੍ਰੋਪਗੰਡਾ ਦੇ ਭਰਵੇਂ ਜ਼ੋਰ ਨਾਲ ਹਰ ਦੂਜੇ ਰੋਡ ਕਾਲਜ ਯੂਨੀਵਰਸਿਟੀ ਦੇ ਹਸਪਤਾਲ ਦਾ ਨਾਂ ਉਹ ਸਰਕਾਰੀ ਸ਼ਹਿਰ ਦੇ ਨਾਂ 'ਤੇ ਰੱਖ ਕੇ ਵੀ ਉਹਦੀਆਂ ਅੱਜ ਤੱਕ ਗੁਜ਼ਰੇ ਸਾਲਾਂ ਵਿੱਚ ਕੁੱਲ 2 ਕਿਤਾਬਾਂ ਵਿਕੀਆਂ। ਪਾਕਿਸਤਾਨ ਦੇ ਪੜ੍ਹੇ ਲਿਖੇ ਲੋਕਾਂ ਨੂੰ ਚਾਹੀਦਾ ਕਿ ਉਹ ਪੰਜਾਬੀ ਬੋਲਣ, ਪੰਜਾਬੀ 'ਚ ਗੱਲ ਕਰਨ। ਅਤੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਤੋਬਾ ਕਰਨ, ਆਪਣੇ ਕੰਨਾਂ ਨੂੰ ਹੱਥ ਲਾਉਣ, ਰੱਬ ਤੋਂ ਆਪਣੀ ਜ਼ਬਾਨ ਅਤੇ ਧਰਤ ਨਾਲ ਜ਼ਿਆਦਤੀ ਕਰਨ ਤੋਂ ਤੋਬਾ ਮੰਗਣੀ ਚਾਹੀਦੀ ਹੈ ਅਤੇ ਇਹਦਾ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਆਦ ਕਰਨਾ ਚਾਹੀਦਾ ਹੈ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਇਹਨਾਂ ਉੱਤੇ ਟਾਕੀ ਫੇਰ ਕੇ ਆਪਣੀ ਝੋਲੀ ਭਰ ਲਓ, ਸੋਹਣਾ ਰੱਬ ਮਿਹਰ ਕਰ ਸੀ। ਅਤੇ ਇੱਕ ਹੋਰ ਆਪਣਾ ਬਾਬੇ ਅਖਤਿਆਰ ਅੱਗੇ ਦਰਖਾਸਤ ਕਰਨੀ ਸੀ ਕਿ ਆਪਣਾ ਕੰਮ ਤੋਂ ਕੰਮ ਸਕੂਲਾਂ 'ਚ ਅਤੇ ਕਾਲਜਾਂ 'ਚ ਪੰਜਾਬੀ ਪੜ੍ਹਾਓ, ਮਾਂ ਬੋਲੀ ਪੰਜਾਬੀ ਹੈ ਅਤੇ ਜ਼ਿਆਦਤੀ ਨਾ ਕਰੋ। ਅਤੇ ਤਮਾਮ ਪੰਜਾਬੀਆਂ ਨੂੰ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਨਾ ਵਾਂ ਕਿ ਆਪਣੀ ਰਹਿਤ ਵਾਸਤੇ ਕੁਛ ਕਰੋ, ਆਪਣੀ ਜ਼ੁਬਾਨ ਵਾਸਤੇ ਕੁਛ ਕਰੋ, ਨਹੀਂ ਤਾਂ ਤੁਹਾਡਾ ਨਾਂ ਨਹੀਂ ਰਹਿਣਾ, ਤੁਹਾਡੀ ਪੰਜਾਬੀ ਦਾ ਨਾਂ ਨਹੀਂ ਰਹਿਣਾ। ਅਤੇ ਹਾਲੇ ਵੀ ਵੇਲਾ ਹੈ, ਜੇ ਰੱਬ ਰਾਖਾ ਫੀ ਮਾਨੁਲਾ।